ਦਸ ਤੋਂ ਪਹਿਲਾਂ ਜਿਵੇਂ ਡੱਲੇਵਾਲ ਨੇ ਸਾਹਿਬ ਨੇ ਦੱਸਿਆ ਕਿ ਕਿ ਜਿਹੜਾ ਅਸੀਂ ਇਹ ਅੱਜ ਮਹਾਂਪੰਚਾਇਤਾਂ ਕਰਾਉਣ ਲੱਗੇ ਹਾਂ, ਜਿਵੇਂ ਕਿ ਦੋ ਮਹਾਂਪੰਚਾਇਤਾਂ ਪਹਿਲਾਂ ਮੱਧ ਪ੍ਰਦੇਸ਼ ਤੇ ਉੜੀਸਾ ਚ ਹੋਊਗਾ, ਤੇ ਜਿਹੜੀ ਤੀਜੀ ਮਹਾਂਪੰਚਾਇਤ ਸੀ ਪੰਜਾਬ ਦੇ ਵਿੱਚ ਉਹ ਵੀ ਹੋ ਚੁੱਕੀ ਆ 14 ਤਰੀਕ ਨੂੰ ਸਰਾਭਾ ਪਿੰਡ, ਤੇ ਜਿਹੜੀ ਇਹ ਸਾਡੀ ਮਹਾਂਪੰਚਾਇਤ ਸੀ ਮੋਗੇ, ਇਹਦੇ ਵਿੱਚ ਇੱਕ ਨਿਰਣਾ ਲਿਆ ਗਿਆ ਕਿਸਾਨਾਂ ਪ੍ਰਤੀ, ਕਿਸਾਨਾਂ ਨੂੰ ਜਗਾਉਣ ਲਈ, ਕਿਸਾਨਾਂ ਨੂੰ ਅਵੇਅਰਨੈਸ ਕਰਨ ਲਈ, ਕਿ ਕੇਵਲ ਤੇ ਕੇਵਲ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ। ਉਹਦਾ ਕਾਰਨ ਕੀ ਸੀ? 13 ਮਾਰਚ 2013 ਨੂੰ ਅਸੀਂ ਜੰਤਰ ਮੰਤਰ ਤੇ ਇੱਕ ਬਹੁਤ ਵੱਡੀ ਐਜੀਟੇਸ਼ਨ ਲੜੀ ਸੀ। ਜਿਸ ਐਜੀਟੇਸ਼ਨ ਦੇ ਵਿੱਚ 13 ਤੋਂ ਲੈ ਕੇ ਜਿਹੜਾ ਸਾਡਾ ਅੰਦੋਲਨ ਸੀ ਉਹ 20 ਮਾਰਚ ਤੱਕ ਚੱਲਿਆ, ਤੇ 20 ਮਾਰਚ ਨੂੰ ਜਿਹੜਾ ਆਪਣੇ ਰਾਜਨਾਥ ਸਿੰਘ ਜਿਹੜੇ ਆਗੂ ਸੀ ਬੀਜੇਪੀ ਦੇ, ਉਹਨਾਂ ਨੇ ਆ ਕੇ ਸਾਡੇ ਨਾਲ 5 ਵਜੇ ਮਤਲਬ ਸਟੇਜ ਤੋਂ ਸ਼ਾਮ ਨੂੰ ਟਾਈਮ ਮੰਗਿਆ ਤੇ ਅਸੀਂ ਉਹਨਾਂ ਨੂੰ ਟਾਈਮ ਦਿੱਤਾ, ਕਿਉਂਕਿ ਉੱਥੇ ਸਾਡਾ ਜਿਹੜਾ ਇਕੱਠ ਸੀ ਉਹ ਟੋਟਲ ਸਟੇਟਾਂ ਦਾ ਇਕੱਠ ਸੀ। ਔਰ ਜਦੋਂ ਉਹਨਾਂ ਨੇ ਅਸੀਂ ਉੱਥੇ ਮੰਗ ਰੱਖੀ ਸੀ ਵੀ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਕੀਤੀ ਜਾਵੇ, ਤੇ ਜਿਹੜਾ ਕਿਸਾਨਾਂ ਦਾ ਸਾਰਾ ਕਰਜ਼ਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਉੱਤੇ ਲਕੀਰ ਫੇਰੀ ਜਾਵੇ। ਔਰ ਰਾਜਨਾਥ ਜੀ ਨੇ ਸਾਨੂੰ ਉਸ ਸਟੇਜ ਦੇ ਮਾਧਿਅਮ ਰਾਹੀਂ ਔਰ ਉੱਥੋਂ ਬੋਲ ਕੇ ਵਿਸ਼ਵਾਸ ਦਵਾਇਆ ਸੀ ਕਿ ਸਾਡੀ ਸਰਕਾਰ ਲਿਆਓ, ਜਦੋਂ ਸਾਡੀ ਸਰਕਾਰ ਆਜੂਗੀ ਤੇ ਸਰਕਾਰ ਬਣਦਿਆਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਤੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਤੇ ਲਕੀਰ ਫੇਰੀ ਜਾਊਗੀ। ਔਰ ਅਸੀਂ ਹੱਥ ਖੜੇ ਕਰਕੇ ਵਿਸ਼ਵਾਸ ਦਵਾਤਾ ਵੀ ਕਿਉਂਕਿ ਜਿਹੜੀ ਕਾਂਗਰਸ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੀ, ਉਹਨਾਂ ਨੇ 7 ਦਿਨ ਸਾਡਾ ਕੋਈ ਮੈਮੋਰੈਂਡਮ ਨਹੀਂ ਲਿਆ ਤੇ ਕੋਈ ਆਗੂ ਨਹੀਂ ਆਇਆ, ਇਸ ਕਰਕੇ ਅਸੀਂ ਸਾਰਿਆਂ ਨੇ ਇਹਨਾਂ ਨੂੰ ਵਿਸ਼ਵਾਸ ਦਵਾ ਕੇ ਇਹਨਾਂ ਦੀ ਜਿਹੜੀ ਸਰਕਾਰ ਸੀ ਅਸੀਂ ਬਹੁਮਤ ਨਾਲ ਇਹਨਾਂ ਦੀ ਬਣਾਤੀ। ਪਰ ਹੋਇਆ ਇਸ ਦੇ ਉਲਟ, ਜਿੱਥੇ ਇਸ ਸਰਕਾਰ ਨੇ ਬਣਦਿਆਂ ਕਿਸਾਨਾਂ ਵਿਰੋਧੀ ਜਿਹੜਾ ਚਿਹਰਾ ਆਪਦਾ ਨੰਗਾ ਕਰਕੇ ਦਿਖਾਤਾ, ਕਿਉਂਕਿ ਜਿਹੜੇ 3 ਕਾਨੂੰਨ ਬਣਾਏ ਇਹਨਾਂ ਨੇ ਤੇ ਉਹਦੇ ਪ੍ਰਤੀ ਕਿਸਾਨਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ, ਤੇ ਜਿਹੜੀ ਪਹਿਲਕਦਮੀ ਹੋਈ ਆ ਉਹ ਪੰਜਾਬ ਤੋਂ ਸ਼ੁਰੂ ਹੋਈ ਆ 26 ਤਰੀਕ ਨੂੰ, ਤੇ ਉਹਦੇ ਤੋਂ ਬਾਅਦ ਉਹ ਹਰਿਆਣਾ ਉੱਠ ਖੜਿਆ ਤੇ ਇੱਕ ਜਿਹੜਾ ਸੀ ਉਹ ਵੱਡਾ ਜਨ ਅੰਦੋਲਨ ਬਣ ਗਿਆ, ਜਿੱਥੇ ਹਰੇਕ ਮਜ਼ਹਬ ਦਾ ਬੰਦਾ, ਸੰਤ ਸਮਾਜ ਹੋਵੇ, ਕੋਈ ਜਥੇਬੰਦੀਆਂ ਹੋਣ, ਔਰ ਸਾਰਿਆਂ ਨੇ ਰਲ ਕੇ ਉਸ ਸੰਘਰਸ਼ ਨੂੰ ਸਿਰੇ ਲਾਇਆ। ਉਸ ਸੰਘਰਸ਼ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਕਰਨੀ ਪਈ, ਜਿੱਥੇ 734 ਜਿਹੜੇ ਕਿਸਾਨ ਬੀਬੀਆਂ ਸ਼ਹੀਦ ਹੋਏ, ਤੇ ਸਭ ਤੋਂ ਵੱਡੇ ਜਿਹੜਾ ਮਤਲਬ ਲਖੀਮਪੁਰ ਖੀਰੀ ਜਿਹੜਾ ਮਿਸ਼ਰਾ ਟੈਣੀ ਭਾਜਪਾ ਦਾ ਮੰਤਰੀ ਸੀ, ਉਹਨੇ ਜਿਹੜੇ ਮੌਜ ਨਾਲ ਬੈਠੇ ਸੀਗੇ ਲੋਕ ਜਿਹੜੇ ਸੰਘਰਸ਼ ਕਰ ਰਹੇ ਸੀ, ਉਹਨਾਂ ਅਨੱਕੇ ਕਿਸਾਨਾਂ ਤੇ ਗੱਡੀ ਚੜਾ ਕੇ ਦਰੜ ਕੇ 4 ਕਿਸਾਨ ਸ਼ਹੀਦ ਕਰਤੇ ਤੇ 5ਵਾਂ ਇੱਕ ਪ੍ਰੈਸ ਵਾਲਾ ਸ਼ਹੀਦ ਕਰਤਾ। ਉਸ ਨੂੰ ਦੇਖਦਿਆਂ ਹੋਇਆ, 734 ਕਿਸਾਨਾਂ ਦੀ ਸ਼ਹੀਦੀ ਨੂੰ ਵੇਖਦਿਆਂ ਹੋਇਆ, ਤੇ ਇਹ ਜਿਹੜਾ ਮੋਦੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵਾਲੇ ਦਿਨ ਤੇ ਉਹ ਕਾਨੂੰਨ ਇਹਨਾਂ ਨੂੰ ਰੱਦ ਕਰਨੇ ਪਏ। ਪਰ ਸਾਡੇ ਨਾਲ ਬਦਕਿਸਮਤੀ ਕੀ ਹੋਈ, ਸਾਡੇ ਜਿਹੜੇ ਕੁਛ ਆਗੂ ਸੀਗੇ ਉਹਨਾਂ ਨੂੰ ਛੇਤੀ ਪੈ ਗਈ ਵੀ ਜਾ ਕੇ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਕੇ ਤੇ ਆਪਦੀ ਸਰਕਾਰ ਬਣਾਈਏ, ਕਿਉਂਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਸਾਡੇ 'ਚ ਇਹ ਸਰਕਾਰਾਂ ਹੀ ਪਾਉਂਦੀਆਂ। ਜੇ ਕਿਤੇ ਅਸੀਂ ਥੋੜ੍ਹਾ ਜਿਹਾ ਹੋਰ ਸੰਘਰਸ਼ ਲੜ ਲੈਂਦੇ ਤੇ ਜਿਹੜਾ ਸਾਡਾ MSP ਵਾਲਾ ਕਾਨੂੰਨ ਹਲੇ ਅਧੂਰਾ ਪਿਆ ਉਹ ਪੂਰਾ ਹੋ ਜਾਣਾ ਸੀ, ਤੇ ਜਿਹੜੀ ਸਾਡੀ ਕਰਜ਼ਾ ਮੁਕਤੀ ਸੀ ਉਹ ਵੀ ਸਾਡੀ ਪੂਰੀ ਹੋ ਜਾਣੀ ਸੀ, ਤੇ ਫਿਰ ਸਾਨੂੰ ਮੈਂ ਸਮਝਦਾ ਵੀ ਕੋਈ ਸੰਘਰਸ਼ ਕਰਨ ਦੀ ਲੋੜ ਨਹੀਂ।